ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਚੈਨਲ ਪੰਜਾਬੀ ਕਿਚਨ 'ਚ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਥੋੜ੍ਹਾ ਗਰਮੀਆਂ ਦਾ ਮੌਸਮ ਚੱਲਣ ਡਿਆ, ਔਰ ਇਹੋ ਜਿਹੇ ਟਾਈਮ 'ਤੇ ਸਾਨੂੰ ਕੁਝ ਠੰਡਾ ਪੀਣ ਦਾ ਬਹੁਤ ਜ਼ਿਆਦਾ ਮਨ ਕਰਦਾ ਹੈ। ਅਤੇ ਅੱਜ ਆਪਾਂ ਸਿੱਖਾਂਗੇ ਅੰਬ ਔਰ ਚਿੱਕੂ ਨੂੰ ਇਸਤੇਮਾਲ ਕਰਕੇ ਵਧੀਆ ਮਿਲਕ ਸ਼ੇਕ ਕਿਸ ਤਰੀਕੇ ਨਾਲ ਬਣਾਇਆ ਜਾਏ। ਇਹ ਮਿਲਕ ਸ਼ੇਕ ਬਣਾਉਣ ਵਾਸਤੇ ਮੈਂ ਇੱਕ ਅੰਬ ਦਾ ਇਸਤੇਮਾਲ ਕਰਨ ਡਈ ਹਾਂ, ਔਰ ਦੋ ਜਾਂ ਤਿੰਨ ਚਿੱਕੂ ਪਾਉਣ ਡਈ ਹਾਂ। ਤੁਸੀਂ ਚਾਹੋ ਤਾਂ ਚਿੱਕੂ ਦੀ ਕੁਆਂਟਿਟੀ ਵਧਾ ਸਕਦੇ ਹੋ, ਅੰਬ ਦੀ ਘਟਾ ਸਕਦੇ ਹੋ, ਜਾਂ ਫਿਰ ਅੰਬ ਵਧਾ ਸਕਦੇ ਹੋ, ਚਿੱਕੂ ਘਟਾ ਸਕਦੇ ਹੋ, ਜਾਂ ਫਿਰ ਕਿਸੇ ਵੀ ਇੱਕ ਚੀਜ਼ ਦਾ ਵੀ ਇਹ ਮਿਲਕ ਸ਼ੇਕ ਬਣ ਜਾਂਦਾ ਹੈ। ਤੁਹਾਨੂੰ ਕੀ ਕਰਨਾ ਹੈ, ਬਸ ਚਿੱਕੂ ਹੋਰ ਅੰਬਾਂ ਦੇ ਛਿਲਕੇ ਲਾ ਲੈਣੇ ਆ। ਛਿਲਕੇ ਉਤਾਰਨ ਤੋਂ ਬਾਅਦ ਇਹਦਾ ਜਿਹੜਾ ਵੀ ਪਲਪ ਹੈ ਅੰਦਰ ਦਾ, ਉਹਨੂੰ ਇਸ ਤਰੀਕੇ ਨਾਲ ਤੁਸੀਂ ਛੁਰੀ ਨਾਲ ਕੱਟ ਲਓ। ਚਿੱਕੂ ਦੇ ਜਿਹੜੇ ਬੀਜ ਆ ਉਹਨੂੰ ਹਟਾ ਦਿਉ, ਅੰਬ ਦੀ ਜਿਹੜੀ ਗਿਟਕ ਆ, ਜਿਹੜੀ ਗੁਠਲੀ ਹੁੰਦੀ ਉਹਨੂੰ ਵੀ ਹਟਾ ਦਿਉ। ਤੁਹਾਨੂੰ ਸਿਰਫ ਇਹਦਾ ਪਲਪ ਕੱਢਣਾ ਹੈ ਇਸ ਤਰੀਕੇ ਨਾਲ। ਤੁਸੀਂ ਅਗਰ ਜ਼ਿਆਦਾ ਇਹਦੇ ਅੰਦਰ 3-4 ਗਲਾਸ ਆਰਾਮ ਨਾਲ ਬਣ ਜਾਣਗੇ, ਅਗਰ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਫਲਾਂ ਦੀ ਜਿਹੜੀ ਕੁਆਂਟਿਟੀ ਆ ਉਹ ਵਧਾ ਸਕਦੇ ਹੋ। ਇਸ ਤਰੀਕੇ ਨਾਲ ਛੋਟੇ ਛੋਟੇ ਟੁਕੜੇ ਕਰ ਲਓ ਤੁਸੀਂ ਅੰਬ ਔਰ ਚਿੱਕੂ ਦੇ। ਉਹਦੇ ਬਾਅਦ ਇਹਨੂੰ ਆਪਾਂ ਮਿਕਸਰ ਗ੍ਰਾਈਂਡਰ ਵਿੱਚ ਪਾਵਾਂਗੇ ਇਹ ਸਾਰੇ ਟੁਕੜਿਆਂ ਨੂੰ, ਔਰ ਨਾਲ ਹੀ ਪਾਵਾਂਗੇ ਇਹਦੇ ਅੰਦਰ ਸ਼ੱਕਰ। ਖੰਡ ਪਾਉਣ ਦੇ ਬਾਅਦ ਇਹਨੂੰ ਅੱਛੇ ਤਰੀਕੇ ਨਾਲ ਤੁਸੀਂ ਮਿਕਸ ਕਰ ਲਓ ਮਿਕਸਰ ਗ੍ਰਾਈਂਡਰ 'ਚ। ਇਹਦਾ ਪਤਲਾ ਜਿਹਾ ਪੇਸਟ ਬਣਾ ਲਓ, ਉਹਦੇ ਬਾਅਦ ਮੈਂ ਤੁਹਾਨੂੰ ਦੱਸੂੰਗੀ ਕਿ ਅੱਗੇ ਕੀ ਕਰਨਾ ਹੈ। ਸ਼ੱਕਰ ਜਿਹੜੀ ਆ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ, ਚਾਹੋ ਤਾਂ ਹਲਕਾ ਜਿਹਾ ਇਹਦੇ ਅੰਦਰ ਚਾਟ ਮਸਾਲਾ ਜਾਂ ਲੂਣ ਵੀ ਪਾ ਸਕਦੇ ਹੋ, ਲੇਕਿਨ ਅਗਰ ਸਿਰਫ ਮਿੱਠਾ ਮਿਲਕਸ਼ੇਕ ਪਸੰਦ ਹੈ ਤਾਂ ਸਿਰਫ ਔਰ ਸਿਰਫ ਸ਼ੱਕਰ ਹੀ ਇਹਦੇ ਅੰਦਰ ਤੁਸੀਂ ਪਾਓ। ਹੁਣ ਇਹ ਤਾਂ ਥੋੜ੍ਹਾ ਜਿਹਾ ਫੂਡ ਕਲਰਿੰਗ ਯੂਜ਼ ਕਰਨ ਡਈ ਹਾਂ, ਉਹ ਸਿਰਫ ਇਸ ਕਰਕੇ ਤਾਂ ਕਿ ਜਿਹੜਾ ਮਿਲਕ ਸ਼ੇਕ ਹੈ ਉਹ ਵੇਖਣ 'ਚ ਸੋਹਣਾ ਲੱਗੇ। ਲੇਕਿਨ ਅਗਰ ਤੁਸੀਂ ਨਹੀਂ ਪਸੰਦ ਕਰਦੇ ਫੂਡ ਕਲਰਿੰਗ ਤਾਂ ਕੋਈ ਗੱਲ ਨਹੀਂ, ਤੁਸੀਂ ਉਹਦੇ ਬਗੈਰ ਵੀ ਇਹ ਬਣਾ ਸਕਦੇ ਹੋ। ਇਹ ਮੈਂ ਸਿਰਫ ਇਸ ਕਰਕੇ ਪਾਉਣ ਡੀ ਹਾਂ ਤਾਂ ਕਿ ਜਿਹੜਾ ਆਪਣਾ ਮਿਲਕ ਸ਼ੇਕ ਹੈ ਉਹ ਵੇਖਣ ਨੂੰ ਥੋੜ੍ਹਾ ਜਿਹਾ ਸੋਹਣਾ ਲੱਗੇ, ਥੋੜ੍ਹਾ ਜਿਹਾ ਪ੍ਰੈਜੈਂਟੇਬਲ ਲੱਗੇ। ਵੇਖੋ ਸਾਡੇ ਫਰੂਟਸ ਔਰ ਸ਼ੱਕਰ ਜਿਹੜੇ ਆ ਅੱਛੇ ਤਰੀਕੇ ਨਾਲ ਮਿਕਸ ਹੋ ਚੁੱਕੇ, ਉਹਦੀ ਵਧੀਆ ਪੇਸਟ ਬਣ ਚੁੱਕੀ ਆ। ਹੁਣ ਆਪਾਂ ਕੀ ਕਰਾਂਗੇ, ਇਹਦੇ ਅੰਦਰ ਦੁੱਧ ਪਾਵਾਂਗੇ, ਲੇਕਿਨ ਸਾਰਾ ਦੁੱਧ ਨਹੀਂ ਪਾਉਣਾ ਆਪਾਂ। ਫੋਰ ਐਗਜ਼ਾਮਪਲ, ਅਗਰ ਤੁਸੀਂ 4 ਜਾਂ 5 ਗਲਾਸ ਮਿਲਕ ਸ਼ੇਕ ਬਣਾਉਣ ਡਿਓ ਅਤੇ ਸਿਰਫ ਅੱਧਾ ਗਲਾਸ ਇਹਦੇ ਅੰਦਰ ਦੁੱਧ ਪਾ ਕੇ ਇਹਨੂੰ ਦੁਬਾਰਾ ਇੱਕ ਵਾਰ ਮਿਕਸ ਕਰ ਲਓ। ਜ਼ਿਆਦਾ ਦੁੱਧ ਅਗਰ ਤੁਸੀਂ ਮਿਕਸਰ ਜਾਰ ਵਿੱਚ ਪਾਉਂਦੇ ਹੋ ਤਾਂ ਜਿਹੜਾ ਦੁੱਧ ਆ ਉਹ ਉੱਡ ਕੇ ਬਾਹਰ ਆ ਜਾਂਦਾ ਜਦੋਂ ਤੁਸੀਂ ਮਿਕਸੀ ਚਾਲੂ ਕਰਦੇ ਹੋ। ਅਤੇ ਬਸ ਥੋੜ੍ਹਾ ਜਿਹਾ ਦੁੱਧ ਪਾਉਣਾ ਹੈ ਸਿਰਫ ਇਸ ਕਰਕੇ ਤਾਂ ਕਿ ਦੁੱਧ ਹੋਰ ਜਿਹੜਾ ਫਰੂਟ ਦਾ ਪਲਪ ਹੈ ਉਹ ਆਪਸ 'ਚ ਅੱਛੇ ਤਰੀਕੇ ਨਾਲ ਮਿਕਸ ਹੋ ਜਾਏ। ਇੱਕ ਗੱਲ ਦਾ ਧਿਆਨ ਰੱਖਿਓ ਕਿ ਬਹੁਤ ਜ਼ਿਆਦਾ ਦੂਰ ਦੀ ਤੁਸੀਂ ਬਟਨ ਘੁਮਾ ਕੇ ਨਹੀਂ ਚਲਾਉਣਾ, ਨਹੀਂ ਤਾਂ ਫਿਰ ਤੁਸੀਂ ਆਖੋਗੇ ਕਿ ਮੈਂ ਦੱਸਿਆ ਨਹੀਂ, ਹੋਰ ਸਾਰਾ ਉੱਡ ਕੇ ਦੁੱਧ ਬਾਹਰ ਆ ਗਿਆ, ਮਿਕਸਰ ਖਰਾਬ ਹੋ ਗਈ, ਕਿਚਨ ਖਰਾਬ ਹੋ ਗਿਆ। ਇਸ ਤਰ੍ਹਾਂ ਨਹੀਂ ਹੈ, ਤੁਸੀਂ ਥੋੜ੍ਹਾ ਦੁੱਧ ਪਾ ਕੇ ਹਲਕਾ ਜਿਹਾ ਬਟਨ ਘੁਮਾ ਕੇ ਬੰਦ ਕਰ ਲਓ, ਖਾਲੀ ਮਿਕਸ ਕਰਨਾ। ਹੁਣ ਸਾਡਾ ਮਿਕਸਚਰ ਮਿਕਸੀ 'ਚ ਬਿਲਕੁਲ ਬਣ ਕੇ ਤਿਆਰ ਹੋ ਗਿਆ। ਹੁਣ ਇੱਕ ਦੂਸਰੇ ਵੱਡੇ ਪਤੀਲੇ ਵਿੱਚ ਆਪਾਂ ਦੁੱਧ, ਜਿੰਨਾ ਵੀ ਤੁਸੀਂ ਦੁੱਧ ਯੂਜ਼ ਕਰਨ ਵਾਲੇ ਹੋ, ਉਹਨਾਂ ਦੁੱਧ ਪਾਵਾਂਗੇ, ਔਰ ਉਹਦੇ ਬਾਅਦ ਉਹ ਜਿਹੜਾ ਮਿਕਸਰ 'ਚ ਬਣਾਇਆ ਹੋਇਆ ਮਿਕਸ ਆ ਉਹ ਵੀ ਇਹਦੇ ਅੰਦਰ ਪਾ ਕੇ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਾਂਗੇ। ਫਿਲਹਾਲ ਜਿਹੜਾ ਦੁੱਧ ਹੀ ਉਹ ਠੰਡਾ ਨਹੀਂ ਸੀ, ਸਾਡਾ ਜਿਹੜਾ ਪੇਸਟ ਹੈ ਉਹ ਵੀ ਠੰਡਾ ਨਹੀਂ, ਮਤਲਬ ਇਹ ਰੂਮ ਟੈਂਪਰੇਚਰ ਦਾ ਬਣਿਆ ਹੋਇਆ ਵਾ ਮਿਲਕ ਸ਼ੇਕ। ਇਹਨੂੰ ਅਗਰ ਤੁਸੀਂ ਠੰਡਾ ਕਰਨਾ ਹੈ ਤਾਂ ਤੁਸੀਂ ਜਾਂ ਤਾਂ ਇਹਨੂੰ ਫਰਿੱਜ 'ਚ ਰੱਖ ਦਿਉ ਕੁਛ ਘੰਟਿਆਂ ਵਾਸਤੇ, ਜਾਂ ਫਿਰ ਅਗਰ ਤੁਸੀਂ ਤੁਰੰਤ ਹੀ ਪੀਣਾ ਚਾਹੁੰਦੇ ਹੋ, ਤੁਹਾਡੇ ਕੋਲ ਇੰਤਜ਼ਾਰ ਨਹੀਂ ਕੀਤਾ ਜਾਣ ਡਿਆ, ਤਾਂ ਤੁਸੀਂ ਇਹਦੇ ਅੰਦਰ ਪਾਓ ਬਰਫ਼ ਦੇ ਕਿਊਬਸ, ਇਹਨੂੰ ਠੰਡਾ ਕਰੋ ਔਰ ਠੰਡਾ ਠੰਡਾ ਇਹ ਮਿਲਕ ਸ਼ੇਕ ਇੰਜੋਏ ਕਰੋ। ਇਹ ਜਿਹੜਾ ਮਿਲਕ ਸ਼ੇਕ ਆ ਬਹੁਤ ਹੀ ਟੇਸਟੀ, ਹੈਲਦੀ, ਚਿਲਡ ਔਰ ਰਿਫਰੈਸ਼ਿੰਗ ਬਣਦਾ ਹੈ। ਇਹ ਜ਼ਿਆਦਾ ਅੱਛਾ ਇਸ ਕਰਕੇ ਲੱਗਦਾ ਹੈ ਕਿਉਂਕਿ ਇਹਦੇ ਅੰਦਰ ਫਰੈਸ਼ ਫਰੂਟਸ ਆ। ਅਤੇ ਤੁਸੀਂ ਵੀ ਇਹ ਰੈਸਿਪੀ ਜ਼ਰੂਰ ਟਰਾਈ ਕਰੋ। ਅਗਰ ਮੇਰੀ ਰੈਸਿਪੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ, ਚੈਨਲ 'ਤੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਦਬਾ ਦਿਉ ਤਾਂ ਕਿ ਤੁਸੀਂ ਫਿਊਚਰ 'ਚ ਮੇਰੀ ਕੋਈ ਵੀ ਵੀਡੀਓ ਮਿਸ ਨਾ ਕਰੋ। ਅੱਜ ਲਈ ਬਸ ਇੰਨਾ ਹੀ, ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਮਾਈ ਵੀਡੀਓ। ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।